ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਦੀਪਕ ਭੰਡਾਰੀ ਜੀ, ਤੁਸੀਂ ਦੇਖ ਰਹੇ ਹੋ D4 ਨਿਊਜ਼। ਪਹਿਲਾਂ ਇੱਕ ਨਜ਼ਰ ਅੱਜ ਦੀਆਂ ਵੱਡੀਆਂ ਖਬਰਾਂ 'ਤੇ। 312 ਮੈਡੀਕਲ ਅਫਸਰਾਂ ਦੀ ਭਰਤੀ ਦੇ ਵਿੱਚ ਬੇਨਿਯਮਾਂ ਦੇ ਦੋਸ਼ ਦੇ ਹੇਠਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ 5 ਹੋਰ ਮੈਂਬਰਾਂ ਦੇ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ, ਇਹਨਾਂ ਦੇ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ ਅਤੇ PPSC ਦੇ ਮੈਂਬਰ ਅਤੇ ਸਾਬਕਾ MLA ਸਤਵੰਤ ਸਿੰਘ ਮੋਈ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗਮਾੜਾ ਦੇ ਸਾਬਕਾ ਚੀਫ ਇੰਜੀਨੀਅਰ ਦੇ ਉੱਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਜਾਏਗਾ। ਇਨਕਮ ਤੋਂ ਵੱਧ ਜਾਇਦਾਦ ਬਣਾਈ ਸੀ, ਉਹਦੇ ਸੋਰਸ ਨਹੀਂ ਦੱਸ ਪਾਏ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਵਿਜੀਲੈਂਸ ਹੈਲਪਲਾਈਨ ਨੰਬਰ ਜਾਰੀ ਕੀਤਾ, ਨਾਲ ਦੀ ਨਾਲ ਇੱਕ ਵਟਸਐਪ ਨੰਬਰ ਜਾਰੀ ਕਰਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਲੋਕਾਂ ਕੋਲੋਂ ਉਹਨਾਂ ਨੇ ਸਹਿਯੋਗ ਮੰਗਿਆ। IMDA ਗਠਬੰਧਨ ਦੀ ਬੈਠਕ ਹੋਈ ਹੈ, ਜਿਹਦੇ ਵਿੱਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਵਜੋਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਨਾਂ ਸਾਹਮਣੇ ਰੱਖਿਆ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਫਿਰ ਤਲਬ ਕੀਤਾ ਗਿਆ ਸਿੱਟ ਵੱਲੋਂ। 27 ਦਸੰਬਰ ਨੂੰ ਉਹਨਾਂ ਨੂੰ ਪੇਸ਼ ਹੋਣ ਵਾਸਤੇ ਆਖਿਆ ਗਿਆ। ਸਰਕਾਰੀ ਸਕੂਲਾਂ ਦੇ ਹਾਲਾਤ ਤੁਸੀਂ ਵੇਖ ਲਓ, ਹਜੇ ਵੀ ਕੁਝ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਵਿੱਚ ਜ਼ਮੀਨ 'ਤੇ ਬਹਿ ਕੇ ਪੜ੍ਹਨ ਨੂੰ ਮਜਬੂਰ ਨੇ। BJP ਦੇ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕੱਸਿਆ ਅਤੇ ਆਖਿਆ, ਸੈਂਟਰ ਦਾ 8,000 ਕਰੋੜ ਰੁਪਇਆ ਖਰਚ ਨਹੀਂ ਪਾਏ ਅਤੇ ਪੈਸੇ ਨਾ ਦੇਣ ਦੇ ਆਰੋਪ ਸੈਂਟਰ 'ਤੇ ਮੁੱਖ ਮੰਤਰੀ ਲਾ ਰਹੇ ਨੇ। IPL ਦੇ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਜਿਹੜੇ ਵਿਕੇ ਨੇ, ਸਟਾਰਕ 24 ਕਰੋੜ 75 ਲੱਖ ਰੁਪਏ ਦੇ ਵਿੱਚ ਇਹਨਾਂ ਨੂੰ ਖਰੀਦਿਆ ਗਿਆ। ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ 2024 ਦੀਆਂ ਲੋਕ ਸਭਾ ਚੋਣਾਂ ਲੜੇਗੀ, ਪਰ ਕਿੱਥੋਂ ਲੜੇਗੀ ਇਹ ਨਹੀਂ ਦੱਸਿਆ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਵਿਜੀਲੈਂਸ ਬਿਊਰੋ ਨੇ ਸਾਲ 2008-2009 ਦੇ ਦੌਰਾਨ 312 ਮੈਡੀਕਲ ਅਫਸਰਾਂ ਦੀ ਭਰਤੀ ਦੇ ਦੌਰਾਨ ਬੇਨਿਯਮਾਂ ਕਰਨ ਦੇ ਦੋਸ਼ ਹੇਠਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਇਸ ਦੇ 5 ਸਾਬਕਾ ਮੈਂਬਰਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਛੁਤਰਾਣਾ ਇਲਾਕੇ ਤੋਂ ਸਾਬਕਾ ਵਿਧਾਇਕ ਡਾਕਟਰ ਸਤਵੰਤ ਸਿੰਘ ਮੋਹੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਵਿਸ਼ੇਸ਼ ਪੜਤਾਲੀਆ ਟੀਮ SIT ਦੀ ਜਾਂਚ ਰਿਪੋਰਟ ਦੇ ਆਧਾਰ ਦੇ ਉੱਤੇ ਦਰਜ ਕੀਤਾ ਗਿਆ। ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੇ ਵਿੱਚ SK ਸਿਨਹਾ ਚੇਅਰਮੈਨ, ਜਿਹੜੇ ਕਿ ਹੁਣ ਸਵਰਗਵਾਸ ਹੋ ਚੁੱਕੇ ਨੇ, ਬ੍ਰਿਗੇਡੀਅਰ ਸੇਵਾ ਮੁਕਤ ਹੋ ਚੁੱਕੇ ਨੇ DS ਗਰੇਵਾਲ ਇਹ ਵੀ, ਅਤੇ ਸਤਵੰਤ ਸਿੰਘ ਮੋਹੀ, DS ਮਾਹਲ ਅਤੇ ਸਾਬਕਾ ਮੰਤਰੀ ਲਾਲ ਸਿੰਘ ਦੀ ਨੂੰ, ਰਵਿੰਦਰ ਕੌਰ ਅਤੇ BJP ਦੇ ਬੁਲਾਰੇ ਅਨਿਲ ਸਰੀਨ ਨੂੰ ਵੀ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ। ਹੋਰ ਜਾਣਕਾਰੀ ਦਿੰਦਿਆਂ ਇਹਨਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 22/11/2013 ਨੂੰ PPSC ਵੱਲੋਂ 2 ਵਾਰੀ ਦੇ ਵਿੱਚ 100 ਅਤੇ ਦੂਜੀ ਵਾਰ 212 ਅਸਾਮੀਆਂ ਉੱਪਰ ਕੁੱਲ 312 MO ਦੀ ਭਰਤੀ ਦੇ ਦੌਰਾਨ ਹੋਈਆਂ ਬੇਨਿਯਮਾਂ ਨੂੰ ਚੁਣੌਤੀ ਦੇਣ ਵਾਲੀਆਂ ਰਿਟ ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਸਮੁੱਚੇ ਮਾਮਲੇ ਦੀ ਜਾਂਚ ਲਈ ਇੱਕ SIT ਗਠਿਤ ਕੀਤੀ ਗਈ ਸੀ। 2 ਮੈਂਬਰੀ SIT ਜਿਹਦੇ ਵਿੱਚ ਸ਼ਾਮਲ ਸਨ MS ਬਾਲੀ, ਸੰਯੁਕਤ ਕਮਿਸ਼ਨਰ CBI ਜਿਹੜੇ ਕਿ ਸੇਵਾ ਮੁਕਤ ਹੋ ਚੁੱਕੇ ਨੇ ਹੁਣ, ਅਤੇ ਸੁਰੇਸ਼ ਅਰੋੜਾ, ਤਤਕਾਲੀ ਡਾਇਰੈਕਟਰ ਜਨਰਲ ਆਫ ਵਿਜੀਲੈਂਸ ਬਿਊਰੋ। ਇਹਨਾਂ ਨੇ ਹਾਈਕੋਰਟ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ, ਜਿਹੜੀ ਕਿ ਸਾਬਤ ਕਰਦੀ ਹੈ ਸਾਲ 2008-09 ਦੇ ਵਿੱਚ 312 ਡਾਕਟਰਾਂ ਦੀ ਜਿਹੜੀ ਭਰਤੀ ਹੋਈ ਸੀ ਉਹਦੇ ਵਿੱਚ ਬੇਨਿਯਮਾਂ ਵਰਤੀਆਂ ਗਈਆਂ ਸਨ। ਇਸ ਅਨੁਸਾਰ PPSC ਦੇ ਤਤਕਾਲੀ ਚੇਅਰਮੈਨ ਅਤੇ 5 ਮੈਂਬਰਾਂ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਦੇ ਵਿੱਚ FIR ਦਰਜ ਕਰ ਲਈ ਗਈ ਹੈ।
ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਦੇ ਉੱਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਜਾਏਗਾ। ਮੋਹਾਲੀ ਦੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਕਿ ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਸੁਰਿੰਦਰਪਾਲ ਪਹਿਲਵਾਨ ਅਤੇ ਉਹਨਾਂ ਦੀ ਪਤਨੀ ਮਨਦੀਪ ਕੌਰ ਦੇ ਖਿਲਾਫ, ਕਈ ਨਿੱਜੀ ਕੰਪਨੀਆਂ ਅਤੇ ਡਾਇਰੈਕਟਰਾਂ ਦੇ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਜਾਏਗਾ। ਐਨਫੋਰਸਮੈਂਟ ਡਾਇਰੈਕਟਰ ਦੀ ਸ਼ਿਕਾਇਤ 'ਤੇ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਇਹ ਮੁਕੱਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਨੇ। ਵਿਜੀਲੈਂਸ ਬਿਊਰੋ ਨੇ ਪਹਿਲਵਾਨ ਸਹਿਤ ਉਹਦੇ ਕਈ ਸਾਥੀਆਂ ਦੇ ਉੱਤੇ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੀਆਂ ਕਈ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਸੀ। ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਇਹ ਸੁਰਿੰਦਰ ਪਹਿਲਵਾਨ ਗਮਾਡਾ ਦੇ ਚੀਫ ਇੰਜੀਨੀਅਰ ਸਨ ਅਤੇ ਪੰਜਾਬ ਮੰਡੀ ਬੋਰਡ ਦੇ ਵਿੱਚ ਵੀ ਇਹ ਅਫਸਰ ਸਨ। ਉਸ ਦੌਰਾਨ ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਸੀ, ਜਿਹਦਾ ਖੁਲਾਸਾ ਕਾਂਗਰਸ ਸਰਕਾਰ ਵੱਲੋਂ ਹੋਇਆ ਸੀ। ED ਨੇ ਆਪਣੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਪਹਿਲਵਾਨ ਨੇ ਚੀਫ ਇੰਜੀਨੀਅਰ ਜਦੋਂ ਸੀਗੇ ਉਹਦੇ ਆਪਣੇ ਸੀਟ 'ਤੇ ਰਹਿੰਦੇ ਹੋਇਆ ਕਈ ਕੰਪਨੀਆਂ ਦੇ ਕੋਲੋਂ ਕੰਮ ਦੇ ਬਦਲੇ ਕਰੋੜਾਂ ਰੁਪਏ ਦੀ ਰਿਸ਼ਵਤ ਲਈ। ਪਹਿਲਵਾਨ ਨੇ ਕਰੋੜਾਂ ਰੁਪਏ ਕਮਾ ਕੇ 3 ਕੰਪਨੀਆਂ ਬਣਾਈਆਂ ਅਤੇ ਸਾਰਾ ਪੈਸਾ ਇਹਦੇ ਵਿੱਚ ਇਨਵੈਸਟ ਕਰ ਦਿੱਤਾ। ED ਨੇ ਪਹਿਲਵਾਨ ਦੀਆਂ 63 ਪ੍ਰਾਪਰਟੀਆਂ, ਉਹਦੇ ਰਿਸ਼ਤੇਦਾਰ ਅਤੇ ਉਹਦੇ ਕਰੀਬੀਆਂ ਦੀ ਵੀ ਜਿਹੜੀ ਸੰਪੱਤੀਆਂ ਇਹ ਦਰਜ ਕਰ ਲਈਆਂ ਨੇ। ਸਾਰੀਆਂ ਪ੍ਰਾਪਰਟੀਆਂ ਗਲਤ ਕਮਾਈ ਤੋਂ ਬਣਾਈਆਂ ਗਈਆਂ ਸਨ। ਇਸ ਤੋਂ ਪਹਿਲਾਂ ED ਨੇ ਪਹਿਲਵਾਨ ਦੀਆਂ 5,93,00,000 ਦੀਆਂ FDਆਂ ਵੀ ਜ਼ਬਤ ਕੀਤੀਆਂ ਸਨ। ED ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਾਬਕਾ ਚੀਫ ਇੰਜੀਨੀਅਰ ਸੁਰਿੰਦਰਪਾਲ ਉਰਫ ਪਹਿਲਵਾਨ ਦੇ ਖਿਲਾਫ ਮਾਮਲਾ ਜਿਹੜਾ ਵਿਜੀਲੈਂਸ ਬਿਊਰੋ ਨੇ ਦਰਜ ਕੀਤਾ ਸੀ, ਪਰ ਇਹ ਖਾਤੇ ਦੇ ਵਿੱਚ ਕਰੋੜਾਂ ਰੁਪਏ ਦੀ ਟ੍ਰਾਂਜੈਕਸ਼ਨ ਹੋਈ ਸੀ। ਇਹਦੇ ਬਾਰੇ ED ਨੇ ਬਹੁਤ ਸਾਰੇ ਸਵਾਲ ਪਹਿਲਵਾਨ ਕੋਲ ਪੁੱਛੇ ਸਨ, ਜਿਹਦੇ ਵਿੱਚ ਇਹ ਕੋਈ ਸਪਸ਼ਟ ਜਵਾਬ ਨਹੀਂ ਦੇ ਪਾਇਆ, ਜਿਸ ਕਰਕੇ ਇਹਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਲੜਾਈ ਲੜਨ ਦੇ ਐਲਾਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ 27 ਦਸੰਬਰ ਨੂੰ ਤਲਬ ਕਰ ਲਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਮਜੀਠੀਆ ਨੂੰ ਇੱਕ ਦਿਨ ਪਹਿਲਾਂ ਯਾਨੀ ਕਿ 18 ਦਸੰਬਰ ਨੂੰ ਤਲਬ ਕੀਤਾ ਗਿਆ ਸੀ। ਪਟਿਆਲਾ ਦੇ ਵਿੱਚ ਉਹ ਪੇਸ਼ ਹੋਏ ਸਨ, ਉਹਨਾਂ ਕੋਲੋਂ 7 ਘੰਟੇ ਪੁੱਛਗਿੱਛ ਕੀਤੀ ਗਈ ਸੀ। ਨਸ਼ਾ ਤਸਕਰੀ ਦੇ ਸੰਬੰਧ ਦੇ ਵਿੱਚ 2 ਸਾਲ ਪਹਿਲਾਂ ਦਰਜ ਹੋਏ ਕੇਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਸੋਮਵਾਰ ਹੀ ADGP ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ IG ਦਫ਼ਤਰ ਦੇ ਵਿੱਚ ਪੁੱਛ ਪੜਤਾਲ ਲਈ ਬੁਲਾਇਆ ਗਿਆ ਸੀ। ਸੂਤਰਾਂ ਦੇ ਮੁਤਾਬਕ ਮਜੀਠੀਆ ਕੋਲੋਂ 43 ਮੁੱਖ ਸਵਾਲਾਂ ਤੋਂ ਇਲਾਵਾ ਹੋਰ ਵੀ ਕੁਛ ਪੁੱਛਿਆ ਗਿਆ ਸੀ। ਇਹ ਵੀ ਪੁੱਛਿਆ ਗਿਆ ਸੀ ਕਿ ਜਿਹੜੀਆਂ ਟ੍ਰਾਂਜੈਕਸ਼ਨਾਂ ਹੋਈਆਂ ਤੁਹਾਡੇ ਖਾਤਿਆਂ ਦੇ ਵਿੱਚ ਉਹਦੇ ਸੰਬੰਧ ਵੀ ਬਹੁਤ ਸਾਰੇ ਸਵਾਲ ਪੁੱਛੇ ਗਏ ਸਨ। ਹੁਣ ਇੱਕ ਵਾਰ ਫਿਰ ਉਹਨਾਂ ਨੂੰ 27 ਦਸੰਬਰ ਨੂੰ ਤਲਬ ਕੀਤਾ ਗਿਆ। ਹੁਣ ਸਵਾਲ ਇਹ ਹੈ ਕਿ 2 ਸਾਲ ਤੋਂ ਬਾਅਦ ਵੀ ਕੀ ਸਰਕਾਰ ਦੇ ਕੋਲ ਮਜੀਠੀਆ ਦੇ ਖਿਲਾਫ ਕੋਈ ਸਬੂਤ ਲੱਗੇ ਨੇ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹਾਲਾਂਕਿ ਮਜੀਠੀਆ ਦਾ ਇਹ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਹੁਤਾ ਸਮਾਂ ਨਹੀਂ ਰੱਖ ਸਕਣਗੇ, ਕਿਉਂਕਿ ਕਾਨੂੰਨ 'ਤੇ ਪਰਮਾਤਮਾ ਦਾ ਨਾਮ ਹੀ ਕੋਈ ਚੀਜ਼ ਹੈ ਜਿਨ੍ਹਾਂ 'ਤੇ ਉਹਨਾਂ ਨੂੰ ਪੂਰਾ ਭਰੋਸਾ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜ਼ਿਲ੍ਹੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਇੱਕ ਨਵੀਂ ਪਹਿਲ ਕੀਤੀ ਹੈ। ਇਸ ਲਈ ਉਹਨਾਂ ਨੇ ਵਿਜੀਲੈਂਸ ਦੇ ਹੈਲਪਲਾਈਨ ਨੰਬਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਵਟਸਐਪ ਨੰਬਰ ਜਾਰੀ ਕਰ ਦਿੱਤਾ ਹੈ ਅਤੇ ਇਹਦੇ ਪੋਸਟਰ ਅਤੇ ਬੈਨਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਥਾਂ ਥਾਂ ਲਾ ਦਿੱਤੇ ਨੇ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਜੇਕਰ ਤੁਹਾਡੇ ਕੰਮ ਕਰਵਾਉਣ ਦੇ ਬਦਲੇ ਵਿੱਚ ਦਫ਼ਤਰ ਦਾ ਕੋਈ ਕਰਮਚਾਰੀ ਜਾਂ ਅਧਿਕਾਰੀ ਪੈਸੇ ਮੰਗਦਾ ਹੈ ਤਾਂ ਇਹਨਾਂ ਨੰਬਰਾਂ ਦੇ ਉੱਤੇ ਸੂਚਨਾ ਦਿਓ ਤਾਂ ਜੋ ਭ੍ਰਿਸ਼ਟਾਚਾਰ ਰੂਪੀ ਕੋਡ ਨੂੰ ਸਮਾਜ 'ਚੋਂ ਕੱਢਿਆ ਜਾ ਸਕੇ। ਉਹਨਾਂ ਆਖਿਆ ਕਿ ਭ੍ਰਿਸ਼ਟਾਚਾਰ ਖਤਮ ਕਰਨ ਲਈ ਸਿਰਫ ਸਰਕਾਰਾਂ ਦੀ ਕੋਸ਼ਿਸ਼ ਹੀ ਕਾਫੀ ਨਹੀਂ ਬਲਕਿ ਲੋਕਾਂ ਦੇ ਸਾਥ ਦੀ ਲੋੜ ਹੈ। ਉਹਨਾਂ ਦਾ ਕਹਿਣਾ ਤੁਸੀਂ ਆਪਣਾ ਕੰਮ ਛੇਤੀ ਕਰਵਾਉਣ ਲਈ ਕਿਸੇ ਕਰਮਚਾਰੀ ਨੂੰ ਪੈਸੇ ਦਾ ਲਾਲਚ ਨਾ ਦਿਓ ਅਤੇ ਜੇਕਰ ਕੋਈ ਕਰਮਚਾਰੀ ਤੁਹਾਡੇ ਕੰਮ ਕਰਵਾਉਣ ਦੇ ਬਦਲੇ ਪੈਸੇ ਮੰਗਦਾ ਹੈ ਤਾਂ ਵਿਜੀਲੈਂਸ ਦੀ ਹੈਲਪਲਾਈਨ ਨੰਬਰ
1800 1800 1000 ਜਾਂ ਫਿਰ ਡਿਪਟੀ ਕਮਿਸ਼ਨਰ ਦੇ ਦਫਤਰੀ ਵਟਸਐਪ ਨੰਬਰ 797386747466 ਉੱਤੇ ਸੂਚਨਾ ਦਿਓ। ਮੈਂ ਰਿਪੀਟ ਕਰ ਰਿਹਾ, 1800 1800 1000 ਜਾਂ ਫਿਰ 797386747466 ਉੱਤੇ ਸੂਚਨਾ ਦਿਓ। ਪਰ ਸਵਾਲ ਇਹ ਹੈ ਕਿ ਡਿਪਟੀ ਕਮਿਸ਼ਨਰ ਦਫਤਰ ਦੇ ਕੋਲ ਹੀ ਤਹਿਸੀਲਾਂ ਦੇ ਵਿੱਚ ਰੱਜ ਕੇ ਭ੍ਰਿਸ਼ਟਾਚਾਰ ਹੋਇਆ, ਉਹਦੇ ਉੱਤੇ ਡੀਸੀ ਸਾਹਿਬ ਕਦੋਂ ਕਾਰਵਾਈ ਕਰਨਗੇ? ਲੋਕ ਸਭਾ ਇਲੈਕਸ਼ਨਾਂ ਲਈ ਵਿਪਕਸ਼ ਨੇ ਵੱਡਾ ਦਾਅ ਖੇਡਿਆ। ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜਨ ਖੜਗੇ ਦਾ ਨਾਂ ਸਾਹਮਣੇ ਰੱਖਿਆ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਇਹਦਾ ਸਮਰਥਨ ਕੀਤਾ, ਜਦਕਿ ਅਖਿਲੇਸ਼ ਯਾਦਵ ਇਹਦੇ 'ਤੇ ਚੁੱਪ ਰਹੇ। INDIA ਦੇ ਲੀਡਰਾਂ ਦੀ ਚੌਥੀ ਬੈਠਕ ਅੱਜ 19 ਦਸੰਬਰ ਨੂੰ ਦਿੱਲੀ ਦੇ ਵਿੱਚ ਅਸ਼ੋਕਾ ਹੋਟਲ 'ਚ ਹੁੰਦੀ ਹੈ, ਜਿਹਦੇ ਵਿੱਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੁੱਖ ਪ੍ਰਧਾਨ ਮੰਤਰੀ ਦੇ ਚਿਹਰੇ ਵਾਸਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜਨ ਖੜਗੇ ਦਾ ਨਾਂ ਸਾਹਮਣੇ ਰੱਖਦੇ ਨੇ। ਅਰਵਿੰਦ ਕੇਜਰੀਵਾਲ ਇਹਦਾ ਸਮਰਥਨ ਕਰਦੇ ਨੇ। ਹੁਣ ਸਵਾਲ ਇਹ ਹੈ ਕਿ ਜੇ ਉੱਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਗੱਠਜੋੜ ਹੋ ਗਿਆ ਤਾਂ ਪੰਜਾਬ ਦਾ ਹਾਲ ਕੀ ਹੋਏਗਾ? ਲਗਾਤਾਰ ਪੰਜਾਬ ਦੇ ਕਾਂਗਰਸੀ ਲੀਡਰ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਗੱਠਜੋੜ ਕਰਨ ਤੋਂ ਇਨਕਾਰ ਕਰ ਰਹੇ ਨੇ, ਕਹਿ ਰਹੇ ਨੇ ਵੀ ਜੇ ਆਮ ਆਦਮੀ ਪਾਰਟੀ ਦਾ ਗਠਬੰਧਨ ਕਾਂਗਰਸ ਦੇ ਨਾਲ ਹੁੰਦਾ, ਮਿਲ ਕੇ ਜੇ ਇਲੈਕਸ਼ਨ ਲੜਦੇ ਨੇ ਤਾਂ ਫਿਰ ਕਾਂਗਰਸ ਨੂੰ ਆਪਣਾ ਵੋਟ ਬੈਂਕ ਖਿਸਕਣ ਦੀ ਜਿਹੜੀ ਹੈ ਉਹ ਵੀ ਡਰ ਸਤਾ ਰਿਹਾ। ਇੱਕ ਪਾਸੇ ਤਾਂ ਇਹਨਾਂ ਲੀਡਰਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਸਾਡੇ ਨੱਕ 'ਚ ਦਮ ਕੀਤਾ, ਸਾਡਾ ਜੀਣਾ ਹਰਾਮ ਕੀਤਾ, ਸਾਡੇ ਬਹੁਤ ਸਾਰੇ ਸਾਬਕਾ ਮੰਤਰੀ ਸਾਬਕਾ ਡਿਪਟੀ CM ਤੱਕ ਵੀ ਇਹਨਾਂ ਜੇਲ੍ਹ ਭੇਜ ਦਿੱਤੇ ਨੇ ਅਤੇ ਹੁਣ ਇਹਨਾਂ ਦੇ ਨਾਲ ਆਖਿਰਕਾਰ ਗੱਠਜੋੜ ਕਾਹਦਾ? ਪਰ ਕਾਂਗਰਸ ਜਿਹੀ ਆਲਾ ਕਮਾਨ ਹੈ ਉਹ ਸਿਰਫ ਪੰਜਾਬ ਨੂੰ ਹੀ ਨਹੀਂ ਵੇਖ ਰਹੀ, ਉਹਨਾਂ ਦੇਸ਼ 'ਤੇ ਰਾਜ ਕਰਨਾ ਚਾਹੁੰਦੇ ਨੇ। ਇਸ ਕਰਕੇ ਇਸ ਜਿਹੜਾ ਗੱਠਜੋੜ ਹੋ ਚੁੱਕਿਆ, ਹੁਣ ਫੈਸਲਾ ਹੋਣਾ ਕਿ ਕਿਹੜੀ ਸੀਟ 'ਤੇ ਕੌਣ ਲੜੇਗਾ। ਹਾਲਾਂਕਿ ਇਸ ਤੋਂ ਬਾਅਦ ਮਲਿਕਾਰਜਨ ਖੜਗੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਵੀ ਪਹਿਲੇ ਸਾਨੂੰ ਜਿੱਤਣ ਦੀ ਲੋੜ ਹੈ, ਇਸ ਤੋਂ ਬਾਅਦ ਵਿਚਾਰ ਕਰਾਂਗੇ ਅਤੇ ਕੰਮ ਕਰਾਂਗੇ। ਸਾਡੇ ਕੋਲ ਜੇ MP ਪੂਰੇ ਹੋਣਗੇ ਫਿਰ ਅਸੀਂ ਇਹ ਵੀ ਤੈਅ ਕਰ ਲਵਾਂਗੇ ਕਿ ਸਾਡਾ ਪ੍ਰਧਾਨ ਮੰਤਰੀ ਦਾ ਫੇਸ ਕੌਣ ਹੋਏਗਾ। ਸਰਕਾਰਾਂ ਭਾਵੇਂ ਜੋ ਮਰਜ਼ੀ ਦਾਅਵੇ ਕਰਨ, ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਹਾਲਾਤ ਜਿਹੜੇ ਆ ਉਹ ਕਿਸੇ ਤੋਂ ਲੁਕੇ ਨਹੀਂ। ਕਿਤੇ ਟੀਚਰ ਨਹੀਂ ਅਤੇ ਕਿਤੇ ਬੱਚਿਆਂ ਕੋਲ ਬਹਿਣ ਨੂੰ ਥਾਂ ਨਹੀਂ, ਜ਼ਮੀਨ 'ਤੇ ਬਹਿ ਕੇ ਬੱਚੇ ਪੜ੍ਹਦੇ ਨੇ। ਇੰਨੀ ਠੰਡ ਦੇ ਵਿੱਚ ਜੇ ਕਿਸੇ ਨੂੰ ਮੰਤਰੀ ਨੂੰ ਜਾਂ ਅਫਸਰ ਨੂੰ ਜਾਂ ਟੀਚਰ ਨੂੰ ਜ਼ਮੀਨ 'ਤੇ ਬਹਿਣਾ ਪਵੇ ਤਾਂ ਉਹਨਾਂ ਨੂੰ ਪਤਾ ਲੱਗੇ ਕਿਸ ਭਾਵ ਵਿਕਦੀ ਏ। ਸਰਕਾਰ ਨੇ ਹੁਣ 31 ਮਾਰਚ 2024 ਤੱਕ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਨੇ। ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਸਿੱਖਿਆ ਦਾ ਸੁਧਾਰ ਹੋਏਗਾ, ਸਕੂਲ ਆਫ ਐਮੀਨੈਂਸ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਠੰਡ ਦੇ ਵਿੱਚ ਵੀ ਬੱਚੇ ਜ਼ਮੀਨ 'ਤੇ ਬਹਿ ਕੇ ਪੜ੍ਹਨ ਨੂੰ ਮਜਬੂਰ ਨੇ। ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਾਸਤੇ ਕੰਮ ਕਰ ਰਹੀ ਹੈ। ਪਹਿਲਾਂ ਕੈਪਟਨ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਸਮਾਰਟ ਸਕੂਲ ਬਣਾਏ ਜਾਣ ਦਾ ਦਾਅਵਾ ਕੀਤਾ ਸੀ ਅਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਕੂਲ ਆਫ ਐਮੀਨੈਂਸ ਬਣਾਉਣ ਦਾ ਦਾਅਵਾ ਕਰ ਰਹੀ ਹੈ। ਪਰ ਸਾਹਮਣੇ ਆਇਆ ਕਿ ਕਈ ਸਰਕਾਰੀ ਸਕੂਲਾਂ ਦੇ ਵਿੱਚ ਹਜੇ ਵੀ ਵਿਦਿਆਰਥੀਆਂ ਨੂੰ ਬਿਨਾਂ ਬੈਂਚ ਤੋਂ ਜ਼ਮੀਨਾਂ 'ਤੇ ਬਹਿ ਕੇ ਪੜ੍ਹਨਾ ਪੈ ਰਿਹਾ। ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਵੱਲੋਂ ਫਰਮਾਨ ਜਾਰੀ ਕੀਤਾ ਗਿਆ। ਸਿੱਖਿਆ ਅਧਿਕਾਰੀਆਂ ਨੂੰ ਇੱਕ ਚਿੱਠੀ ਜ਼ਾਹਿਰ ਕਰਕੇ ਆਖਿਆ ਗਿਆ ਕਿ 31 ਮਾਰਚ 2024 ਤੋਂ ਬਾਅਦ ਕਿਸੇ ਵੀ ਸਰਕਾਰੀ ਸਕੂਲ ਦਾ ਬੱਚਾ ਬਿਨਾਂ ਬੈਂਚ ਦੇ ਜ਼ਮੀਨ 'ਤੇ ਨਹੀਂ ਬੈਠਣਾ ਚਾਹੀਦਾ। ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਦੇ ਵਿੱਚ ਆਖਿਆ ਗਿਆ ਹਰ ਸਕੂਲ ਦੇ ਵਿੱਚ 31 ਮਾਰਚ 2024 ਤੱਕ ਬੈਂਚ ਪੂਰੇ ਕਰ ਲਿੱਤੇ ਜਾਣ। ਇਹਨਾਂ ਹੁਕਮਾਂ ਦੇ ਤਹਿਤ ਜੇਕਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਸਕੂਲ 'ਚ ਬੱਚਿਆਂ ਦੇ ਬੈਠਣ ਲਈ ਬੈਂਚ ਦੀ ਡਿਮਾਂਡ ਹੈ ਤਾਂ 23 ਦਸੰਬਰ ਬਾਅਦ ਦੁਪਹਿਰ 3 ਵਜੇ ਜਿਹੜਾ ਤੱਕ ਹੈ ਇਹ ਦਫ਼ਤਰ ਨੂੰ ਭੇਜ ਦਿੱਤਾ ਜਾਵੇ।
ਇਸ ਤੋਂ ਇਲਾਵਾ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬੈਂਚਾਂ ਦੀ ਡਿਮਾਂਡ ਨਿਲ ਹੈ ਅਤੇ ਇਸ ਪੱਤਰ ਦੇ ਨਾਲ ਨੱਥੀ ਸਰਟੀਫਿਕੇਟ ਭੇਜਿਆ ਜਾਵੇ। ਇੱਕ ਪਾਸੇ ਤਾਂ ਪੰਜਾਬ ਸਰਕਾਰ ਸਿੱਖਿਆ ਨੂੰ ਬਿਹਤਰ ਕਰਨ ਵਾਸਤੇ ਸਕੂਲ ਆਫ ਐਮੀਨੈਂਸ ਬਣਾ ਰਹੀ ਹੈ, ਟੀਚਰਾਂ ਨੂੰ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ, ਪਰ ਦੂਜੇ ਪਾਸੇ ਹਾਲ ਤੁਸੀਂ ਵੇਖ ਲਓ, ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਇੰਨੀ ਠੰਡ 'ਚ ਜ਼ਮੀਨ 'ਤੇ ਬਹਿ ਕੇ ਪੜ੍ਹਨਾ ਪੈ ਰਿਹਾ। ਆਖਿਰਕਾਰ ਸਾਡੀਆਂ ਸਰਕਾਰਾਂ ਸਾਡੇ ਹੁਕਮਰਾਨ ਕਰਦੇ ਕੀ ਰਹੇ ਨੇ? ਕੀ ਇਹਨਾਂ ਦਾ ਕੰਮ ਸਿਰਫ ਪੰਜਾਬ ਨੂੰ ਲੁੱਟਣਾ ਹੀ ਸੀ? ਇਹਨਾਂ ਨੇ ਨਾ ਸਿੱਖਿਆ ਵਧੀਆ ਕੀਤੀ ਅਤੇ ਨਾ ਹੀ ਇਹਨਾਂ ਨੇ ਸਿਹਤ ਸੇਵਾਵਾਂ ਵਧੀਆ ਕੀਤੀਆਂ, ਜਿਹਦੇ ਕਰਕੇ ਲੋਕਾਂ ਦਾ ਹਾਲ ਕੀ ਹੈ ਇਹ ਕਿਸੇ ਨੂੰ ਦੱਸਣ ਦੀ ਕੋਈ ਲੋੜ ਨਹੀਂ ਹੈ। ETT ਟੈਸਟ ਪਾਸ ਬੇਰੁਜ਼ਗਾਰ 5994 ਅਧਿਆਪਕਾਂ ਯੂਨੀਅਨ ਵੱਲੋਂ ਸਕੂਲੀ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ETT ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਪੂਰੀ ਕਰਵਾਉਣ ਲਈ ਪੱਕਾ ਮੋਰਚਾ ਲਾਇਆ ਜਾ ਚੁੱਕਾ ਹੈ। ਇੱਕ ਟੀਚਰ ਬਲਵਿੰਦਰ ਕੌਰ ਨੇ ਨਹਿਰ 'ਚ ਛਾਲ ਮਾਰ ਕੇ ਆਪਣੀ ਜਾਨ ਵੀ ਦੇ ਦਿੱਤੀ ਸੀ। ਇਸ ਮੋਰਚੇ ਦਾ 70ਵਾਂ ਦਿਨ ਹੈ ਅਤੇ ਇਹਦੇ ਉੱਤੇ ਸਾਬਕਾ ਕੈਬਨਿਟ ਮਿਨਿਸਟਰ ਅਤੇ MLA ਪ੍ਰਗਟ ਸਿੰਘ ਨੇ ਟਵੀਟ ਕਰਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਲਿਖਿਆ, ਸਿਰਫ 3 ਮਹੀਨੇ ਬਤੌਰ ਸਿੱਖਿਆ ਮੰਤਰੀ ਦੀ ਮਿਲੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਲਈ ਅਧਿਆਪਕਾਂ ਪ੍ਰੋਫੈਸਰਾਂ ਦੀ ਜ਼ਰੂਰਤ ਪੂਰੀ ਕਰਨ ਦੇ ਇਰਾਦੇ ਨਾਲ ਮੈਂ ਭਰਤੀਆਂ ਕੀਤੀਆਂ। ਉਹਨਾਂ ਵਿੱਚੋਂ ਇੱਕ 5994 ETT ਕੈਡਰ ਦੀ ਭਰਤੀ ਵੀ ਸੀ, ਜਿਸ ਨੂੰ ਪੂਰਾ ਕਰਵਾਉਣ ਲਈ 2 ਸਾਲ ਬਾਅਦ ਅੱਜ ਵੀ ਇੱਥੇ ਬੱਚੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਦੇ ਠੰਡ ਵਿੱਚ ਬੈਠੇ ਨੇ। 2022 ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਫਤਵਾ ਭਗਵੰਤ ਮਾਨ ਸਰਕਾਰ ਨੂੰ ਦਿੱਤਾ। ਅਫਸੋਸ ਵਾਲੀ ਗੱਲ ਹੈ ਕਿ ਸਾਰੀਆਂ ਭਰਤੀਆਂ ਨੂੰ ਲਮਕਾਇਆ ਜਾ ਰਿਹਾ। ਪੰਜਾਬ ਦੀ ਸਿੱਖਿਆ ਲਈ ਜੇਕਰ ਅਸੀਂ ਸੁਹਿਰਦ ਹੋ ਕੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਰਾਜਨੀਤਿਕ ਖੁੰਦਕ ਛੱਡ ਕੇ ਅਧਿਆਪਕਾਂ ਦੀਆਂ ਭਰਤੀਆਂ ਪੂਰੀਆਂ ਕਰਨ ਵੱਲ ਤਰਜੀਹ ਦੇਣੀ ਚਾਹੀਦੀ ਹੈ। ਇਹਨਾਂ ਅਧਿਆਪਕਾਂ ਦੀ ਗੱਲ ਨਾ ਸੁਣਨਾ, ਸਹੀ ਪੈਰਵਾਈ ਨਾ ਕਰਨਾ, ਧਮਕੀਆਂ ਦੇਣਾ, ਇਹ ਸਭ ਪੰਜਾਬ ਦੀ ਸਿੱਖਿਆ ਲਈ ਇੱਕ ਬੇਹੱਦ ਮੰਦਭਾਗ ਹੈ। 2024 ਦੇ ਵਿੱਚ ਇੱਕ ਵਾਰ ਫਿਰ IPL ਹੋਏਗਾ ਅਤੇ ਇਹਦੇ ਲਈ ਬੋਲੀ ਵੀ ਲੱਗੀ ਹੈ। ਇੰਡੀਅਨ ਪ੍ਰੀਮੀਅਮ ਲੀਗ IPL ਮਿੰਨੀ ਆਕਸ਼ਨ ਦੁਬਈ ਦੇ ਵਿੱਚ ਹੋਈ। ਆਸਟ੍ਰੇਲੀਆ ਦੇ ਮਿਚੇਲ ਸਟਾਰਕ IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਦੇ ਤੌਰ 'ਤੇ ਵਿਕੇ ਨੇ। ਉਹਨਾਂ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 24.75 ਕਰੋੜ ਰੁਪਏ ਦੇ ਵਿੱਚ ਖਰੀਦਿਆ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਪੈਟ ਕਮਿੰਸ 20.50 ਕਰੋੜ ਰੁਪਏ ਦੇ ਵਿੱਚ ਵਿਕੇ ਨੇ ਅਤੇ ਹਰਸ਼ਲ ਪਟੇਲ ਇਹ ਆਕਸ਼ਨ ਦੇ ਵਿੱਚ ਭਾਰਤ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ। ਉਹਨਾਂ ਨੂੰ ਪੰਜਾਬ ਕਿੰਗਜ਼ ਨੇ 11.75 ਕਰੋੜ ਰੁਪਏ ਦੇ ਵਿੱਚ ਖਰੀਦਿਆ। BJP ਦੇ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਇੱਕ ਵਾਰ ਫਿਰ ਕਰਾਰਾ ਹਮਲਾ ਕੀਤਾ। ਉਹਨਾਂ ਦਾ ਕਹਿਣਾ ਕਿ ਸੈਂਟਰ ਗੌਰਮੈਂਟ ਵੱਖਰੀਆਂ ਵੱਖਰੀਆਂ ਯੋਜਨਾਵਾਂ ਲਈ ਫੰਡ ਦੇ ਰਹੀ ਹੈ, ਪਰ 8,000 ਕਰੋੜ ਰੁਪਈਆ ਜਿਹੜਾ ਕਿ ਹਜੇ ਵੀ ਪੰਜਾਬ ਸਰਕਾਰ ਖਰਚ ਨਹੀਂ ਕਰ ਪਾਈ। ਇੱਕ ਪਾਸੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਪੰਜਾਬ ਦੇ ਖਜ਼ਾਨੇ 'ਚ ਪੈਸੇ ਦੀ ਕੋਈ ਕਮੀ ਨਹੀਂ, ਪਰ ਜਿਹੜਾ ਪੈਸਾ ਆ ਰਿਹਾ ਉਹਨੂੰ ਵੀ ਖਰਚ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਸੈਂਟਰ ਗੌਰਮੈਂਟ ਦੇ ਉੱਤੇ ਪੰਜਾਬ ਨੂੰ ਪੈਸਾ ਨਾ ਦੇਣ ਦੇ ਆਰੋਪ ਲਾ ਰਹੇ ਨੇ। 8,000 ਕਰੋੜ ਰੁਪਇਆ ਆਖਿਰਕਾਰ ਕਿਉਂ ਨਹੀਂ ਖਰਚ ਹੋ ਪਾਇਆ? ਇਹਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਚਾਹੀਦਾ। ਉਹਨਾਂ ਇਹ ਵੀ ਆਖਿਆ ਕਿ ਮੁੱਖ ਮੰਤਰੀ ਨੇ ਪਟਿਆਲਾ ਦੇ ਮਾਤਾ ਕੌਸ਼ਲਿਆ ਹਸਪਤਾਲ ਦੇ ਵਿੱਚ 10 ਬੈੱਡਾਂ ਵਾਲਾ ICU ਉਦਘਾਟਨ ਕਰਨ ਵਾਸਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੈਲੀਕਾਪਟਰ ਦੇ ਨਾਲ ਇੱਥੇ ਲਿਆਂਦਾ ਸੀ। ਇਹਦੇ ਵਿੱਚ ਪੰਜਾਬੀਆਂ ਦੇ ਖੂਨ ਪਸੀਨੇ ਦੀ ਗਾੜੀ ਕਮਾਈ ਨੂੰ ਖਰਚ ਕੀਤਾ ਜਾ ਰਿਹਾ। ਕੰਨ ਪੱਕ ਕੇ ਇੱਕ 1.5 ਸਾਲ ਹੋ ਗਿਆ, 2 ਗੱਲਾਂ ਸੁਣਦੀਆਂ ਇੱਕੋ ਸਟੇਜ ਤੇ ਇੱਕੋ ਹੀ ਮੂੰਹ ਤੋਂ, ਐ ਨਹੀਂ ਵੀ ਅੱਡ ਅੱਡ ਆਵਾਜ਼ਾਂ ਆਉਂਦੀਆਂ ਹੋਣ, ਇੱਕੋ ਮੂੰਹ ਤੋਂ। ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿਣਗੇ ਸਾਡੀ ਸਰਕਾਰ ਕੋਲ ਪੈਸੇ ਦੀ ਕੋਈ ਘਾਟ ਨਹੀਂ,
ਭਰੇ ਪਏ ਖਜ਼ਾਨੇ, ਨਾਲ ਦੀ ਨਾਲ ਕਹਿ ਦੇਣਗੇ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਪਈਆਂ ਉਹ ਠੀਕ ਨਹੀਂ ਹੋ ਸਕਦੀ, ਮੋਦੀ ਸਾਹਿਬ ਪੈਸੇ ਨਹੀਂ ਦਿੰਦੇ, ਕਹਿੰਦੇ ਕਿ ਨਹੀਂ ਕਹਿੰਦੇ। ਫਿਰ ਕਹਿ ਦੇਣਗੇ ਮੈਂ ਹਰੇਕ ਪਿੰਡ ਦੇ ਅੰਦਰ ਆਮ ਆਦਮੀ ਪਾਰਟੀ ਕਲੀਨਿਕ ਖੋਲੂਗਾ, ਜਦੋਂ ਪਤਾ ਲੱਗਦਾ ਉੱਥੇ ਨਾ ਦਵਾਈ ਨਾ ਡਾਕਟਰ, ਰੰਗ ਪੋਤਿਆ ਪਿਆ ਤੇ ਅੱਜ ਇੱਥੇ ਦਵਾਈ ਹੈ ਨਹੀਂ, ਕਹਿੰਦੇ ਜੀ ਮੋਦੀ ਸਾਹਿਬ ਪੈਸੇ ਨਹੀਂ ਦਿੰਦੇ। ਮੇਰਾ ਅੱਜ ਤੁਹਾਡੇ ਰਾਹੀਂ, ਤੁਹਾਡੇ ਕੋਲ ਬੈਠੇ ਮੇਰੇ ਪੱਤਰਕਾਰ ਭਰਾਵਾਂ ਰਾਹੀਂ ਇੱਕੋ ਹੀ ਮੇਰੀ ਬੇਨਤੀ ਹੈ, ਭਗਵੰਤ ਮਾਨ ਜੀ ਐਤਕੀ ਕਿਤੇ ਆਉਣ ਜਾਂ ਕੇਜਰੀਵਾਲ ਸਾਹਿਬ ਆਉਣ, ਉਹਨਾਂ ਨੂੰ ਪੁੱਛਿਓ ਵੀ ਤੁਹਾਡੇ ਕੋਲ ਕੇਂਦਰ ਸਰਕਾਰ ਦੇ 8,000 ਰੁਪਏ ਪਏ ਹੈ ਕਿ ਨਹੀਂ ਪਏ ਜਿਹੜੇ ਤੁਹਾਡੇ ਤੋਂ ਇਸਤੇਮਾਲ ਨਹੀਂ ਹੋਏ। 8,000 ਕਰੋੜ ਰੁਪਇਆ ਖਜ਼ਾਨੇ ਜੇ ਪਿਆ, ਕੇਂਦਰ ਸਰਕਾਰ ਵਾਲੇ ਹਿਸਾਬ ਮੰਗਦੇ ਨੇ ਕਿੱਥੇ ਖਰਚਿਆ, ਕਹਿੰਦੇ ਸਾਡੇ ਤੋਂ ਖਰਚਿਆ ਨਹੀਂ ਗਿਆ। ਆਪਣੀਆਂ ਕਮਜ਼ੋਰੀਆਂ ਢੱਕਣ ਵਾਸਤੇ ਦੂਜੇ ਨੂੰ ਨਿੰਦਣ ਵਾਲੇ ਲੋਕ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਸਾਹਿਬ। ਇਹਨਾਂ ਨੇ ਜਿਹੜਾ ਜਿਹੜਾ ਵਾਅਦਾ ਕੀਤਾ ਸੀ ਇੱਕ ਇੱਕ ਕਰਕੇ ਸਾਰਾ, ਕਿਸਾਨਾਂ ਨੂੰ ਕਿਹਾ ਮੂੰਗ ਬੀਜ ਲਓ ਮੂੰਗ ਖਰੀਦਾਂਗੇ, ਸਰੋਂ ਬੀਜ ਲਓ ਸਰੋਂ ਖਰੀਦਾਂਗੇ, ਫਿਰ ਕਹਿੰਦੇ ਜੀ ਇਸ ਤਾਂ ਮੋਦੀ ਸਾਹਿਬ ਨੂੰ ਲਿਖ ਕੇ ਭੇਜਿਆ ਸੀਗਾ, ਅਸੀਂ ਲਿਖ ਕੇ ਭੇਜਿਆ ਸੀ ਪਰਾਲੀ ਸਾੜਨ ਵਾਸਤੇ 3,000 ਰੁਪਏ ਦਿਆਂਗੇ, 1,200 ਰੁਪਏ ਅਸੀਂ ਦਿਆਂਗੇ, 1,800 ਰੁਪਏ ਤੁਸੀਂ ਦੇ ਦਿਓ। ਕਹਿੰਦੇ ਜੀ ਮੋਦੀ ਸਾਹਿਬ ਨਹੀਂ ਦੇ ਰਹੇ, ਅਸੀਂ ਵੀ ਨਹੀਂ ਦਿੰਦੇ। ਸਭ ਜੇ ਸਰਕਾਰ ਹੀ ਮੋਦੀ ਸਾਹਿਬ ਨੇ ਚਲਾਉਣੀ ਹੈ ਫਿਰ ਤੁਹਾਨੂੰ ਤਨਖਾਹ ਕਿਉਂ ਦੇਈ ਜਾਂਦੇ, ਮੈਨੂੰ ਆਹ ਤਾਂ ਦੱਸੋ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ 2024 ਦੀ ਲੋਕ ਸਭਾ ਚੋਣ ਲੜਨ ਦਾ ਫੈਸਲਾ ਕਰ ਲਿਆ। ਉਹਨਾਂ ਦੇ ਪਿਤਾ ਨੇ ਇਹ ਗੱਲ ਸਵੀਕਾਰੀ ਹੈ ਅਤੇ ਆਖਿਆ ਉਹਨਾਂ ਦੀ ਬੇਟੀ ਕੰਗਨਾ ਰਣੌਤ BJP ਵੱਲੋਂ ਇਲੈਕਸ਼ਨ ਲੜੇਗੀ। ਉਹਨਾਂ ਦੇ ਪਿਤਾ ਅਰਸ਼ਦੀਪ ਨੇ ਸਪਸ਼ਟ ਕੀਤਾ ਕਿ ਕੰਗਨਾ ਰਣੌਤ ਭਾਜਪਾ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜੇਗੀ, ਪਰ ਪਾਰਟੀ ਲੀਡਰਸ਼ਿਪ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੂੰ ਕਿੱਥੋਂ ਚੋਣਾਂ ਲੜਾਈਆਂ ਜਾਣ। ਵੱਡੀ ਗੱਲ ਹੈ ਕਿ ਕੰਗਨਾ ਨੇ 2 ਦਿਨ ਪਹਿਲਾਂ ਹੀ BJP ਦੇ ਕੌਮੀ ਪ੍ਰਧਾਨ JP ਡੱਡਾ ਦੇ ਨਾਲ ਕੁੱਲੂ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਤੋਂ ਬਾਅਦ ਉਹਨਾਂ ਦੇ ਚੋਣ ਲੜਨ ਦੀਆਂ ਚਰਚਾਵਾਂ ਨੇ ਹੋਰ ਜ਼ੋਰ ਫੜ ਲਿਆ ਸੀ, ਪਰ ਹੁਣ ਉਸਦੇ ਪਿਤਾ ਨੇ ਸਾਫ਼ ਕਰਤਾ ਕਿ ਕੰਗਨਾ ਰਣੌਤ ਚੋਣ ਲੜੇਗੀ। ਪਰ ਕੀ ਬਾਲੀਵੁੱਡ ਜਿਹੜੇ ਸਟਾਰ ਨੇ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ? ਸਨੀ ਦਿਓਲ ਗੁਰਦਾਸਪੁਰ ਤੋਂ ਇਲੈਕਸ਼ਨ ਲੜੇ ਸਨ, BJP ਨੇ ਉਹਨਾਂ ਨੂੰ 2019 ਦੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਗੁਰਦਾਸਪੁਰ ਤੋਂ ਉਤਾਰਿਆ ਸੀ ਅਤੇ ਲੋਕਾਂ ਨੇ ਉਹਨਾਂ ਨੂੰ ਭਰਪੂਰ ਪਿਆਰ ਦਿੱਤਾ, ਜਿਤਾ ਕੇ ਭੇਜਿਆ, ਪਰ ਸਨੀ ਦਿਓਲ ਉੱਥੇ ਵੜੇ ਤੱਕ ਨਹੀਂ। ਉਹਨਾਂ ਨੇ ਲੋਕਾਂ ਦਾ ਹਾਲ ਵੀ ਨਹੀਂ ਪੁੱਛਿਆ, ਲੋਕਾਂ ਦੀ ਸਾਥ ਨਹੀਂ ਲਈ। ਫਿਰ ਬਾਅਦ ਦੇ ਵਿੱਚੋਂ ਲੋਕਾਂ ਨੇ ਸਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਾ ਦਿੱਤੇ ਸਨ। ਹੁਣ ਰਾਜਨੀਤਿਕ ਪਾਰਟੀਆਂ ਨੂੰ ਵੀ ਉਹ ਸੋਚਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਵੋਟ ਤੁਸੀਂ ਕਿਹਨੂੰ ਪਾਉਣੀ ਹੈ, ਉਹਨਾਂ ਨੂੰ ਵੋਟ ਪਾਉਣੀ ਹੈ ਜਿਹੜੇ ਲੋਕ ਤੁਹਾਡੇ ਦੇ ਵਿੱਚ ਰਹਿ ਕੇ ਤੁਹਾਡਾ ਫਾਇਦਾ ਕਰਨਗੇ ਜਾਂ ਤੁਹਾਡੀਆਂ ਗੱਲਾਂ ਕਰਨਗੇ ਅਤੇ ਤੁਹਾਡੀ ਦੁੱਖ ਤਕਲੀਫ ਨੂੰ ਦੂਰ ਕਰਨਗੇ, ਜਾਂ ਫਿਰ ਇਹ ਜਿਹੜੇ ਸਟਾਰ ਨੇ ਬਾਲੀਵੁੱਡ ਅਦਾਕਾਰਾਂ ਨੇ ਜਿਨ੍ਹਾਂ ਦਾ ਕੰਮ ਐਕਟਿੰਗ ਕਰਨਾ, ਉਹਨਾਂ ਨੂੰ ਤੁਸੀਂ ਚੋਣਾਂ ਦੇ ਵਿੱਚ ਵੋਟਾਂ ਪਾ ਕੇ ਜਿਤਾਓਗੇ। ਅੱਜ ਲਈ ਬਸ ਇੰਨਾ ਹੀ, ਕੱਲ੍ਹ ਤੁਹਾਡਾ ਫਿਰ ਰੂਬਰੂ ਆਵਾਂਗੇ, ਤਦ ਤੱਕ ਦਿਓ ਸਾਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ, ਨਮਸਕਾਰ।